ਵੈਗਰੂ ਵੈਗਰੂ ਕਰਦੀਆਂ ਮੁੜ ਰਹੀਆਂ ਹਨ ਬੀਬੀਆਂ ਗੁਰਦੁਆਰੇ। ਕੁੜੇ ਸੁਣਿਆ ਚਰਨੀ ਦੀ ਕੁੜੀ ਨੇ ਆ ਵਿਆਹ ਕਰਵਾ ਲਿਆ। ਵੈਗਰੂ ਵੈਗਰੂ ਉਹ ਕਰਨਾ ਹੀ ਸੀ ਜੀ ਕੋਕੋ ਤੇ ਇਹ ਬੱਚੇ ਮਾਂ ਕਿਹੜਾ ਘੱਟ ਹੈ। ਵੈਗਰੂ 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 ਕਰਦੀਆਂ ਮੁੜ ਰਹੀਆਂ ਹਨ ਬੀਬੀਆਂ ਗੁਰਦੁਆਰਿਓਂ। ਕਿਸੇ ਦੀ ਨਿੰਦਾ ਕਰਦੀਆਂ ਕੱਪੜੇ ਪਰਖਦੀਆਂ, ਕਿਸੇ ਨੂੰ ਕਾਲੀ ਕੱਟ, ਕਿਸੇ ਨੂੰ ਪਾਥੀ ਨੱਕੀ ਕਹਿੰਦੀਆਂ। ਵੈਗਰੂ ਵੈਗਰੂ ਕਰਦੀਆਂ ਭੈਣੇ ਕੱਲ੍ਹ ਨੂੰ ਵੇਲੇ ਸਿਰ ਤਿਆਰ ਹੋ ਜਾਈ, ਜਿਹੜਾ ਸਾਹ ਰੱਬ ਲੇਖੇ ਲੱਗੇ। ਵੈਗਰੂ ਵੈਗਰੂ ਕਰਦੀਆਂ ਬੀਬੀਆਂ ਆਪਣੇ ਆਪਣੇ ਘਰੀ ਚਲੀਆਂ ਜਾਂਦੀਆਂ। ਉਹ ਸਾਰਾ ਦਿਨ ਲਿਖਦਾ ਹੈ ਉਹ ਸਾਰਾ ਦਿਨ ਲਿਖਦਾ ਹੈ ਕਾਗਜ਼ ਤੇ ਨਹੀਂ ਅੰਗੂਠੇ ਤੇ। ਹੱਥ ਦੀ ਪਹਿਲੀ ਉਂਗਲੀ ਨਾਲ ਜਦੋਂ ਕਾਗਜ਼ ਤੇ ਲਿਖਣ ਲੱਗਦਾ ਹੈ ਅੰਗੂਠੇ ਤੇ ਲਿਖੇ ਸ਼ਬਦ ਰੌਲਾ ਪਾਉਣ ਲੱਗ ਜਾਂਦੇ ਆ। ਪਹਿਲਾਂ ਮੈਨੂੰ ਲਿਖ, ਪਹਿਲਾਂ ਮੈਨੂੰ ਲਿਖ, ਇਸ ਕੜਮਸ ਵਿੱਚ ਬੌਂਦ ਰਿਹਾ ਉਹ ਕਾਗਜ਼ ਕੋਰਾ ਛੱਡ ਉੱਠ ਖੜਦਾ ਹੈ ਜੋ ਸਾਰਾ ਦਿਨ ਲਿਖਦਾ ਹੈ। ਹਾਏ 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 ਇੱਕ ਮੂਕ ਕਵਿਤਾ ਸੀ ਜਿਹੜੀ ਤੁਸੀਂ ਇੱਧਰ ਦੇਖੀ, ਅਸੀਂ ਉਹ ਵੀ ਸੁਣ ਲਿਆ। ਕਾਕਾ ਜੀ ਪਾ ਕੇ ਤੇ ਸ਼ਿਕਾਇਤ ਕਰਦੀ ਹੈ ਮੇਰੀ ਭੂਆ ਦੀ ਧੀ। ਇੱਕ ਹੱਥ 'ਚ ਗੁਟਕਾ ਫੜੀ ਹਰ ਵੇਲੇ ਪਾਠ ਕਰਦੀ ਰਹਿੰਦੀ ਹੈ, ਪਰ ਉਹਨੂੰ ਪਤਾ ਹੁੰਦਾ ਆਲੇ ਦੁਆਲੇ ਕੋਈ ਕੀ ਕਰਦਾ ਕੀ ਕਹਿੰਦਾ। ਹਰ ਮੂੰਹ ਹਿਲਾਉਂਦੇ ਨੂੰ ਪੁੱਛਦੀ ਹੈ ਵੀ ਤੂੰ ਕੀ ਖਾਣਾ, ਪਾਠਦੀ ਲੜੀ ਜਾਰੀ ਰੱਖਦੀ ਭੋਰਾ ਮੈਨੂੰ ਵੀ ਦੇਈ ਕਹਿ ਗੁਟਕੇ ਨਾਲ ਦਾ ਹੱਥ ਅੱਗੇ ਕਰ ਦਿੰਦੀ ਹੈ। ਪਾਠ ਕਰਦੀ ਕਰਦੀ ਹੱਥ ਉਤਲੀ ਚੀਜ਼ ਖਾ ਕਹਿੰਦੀ ਹੈ ਵੇ ਛੋਟਿਆ ਮੇਰਾ ਹੱਥ ਸੁੱਚਾ ਕਰਾਈ। ਇੱਕੋ ਹੱਥ ਧੁਆ ਕੇ ਫਿਰ ਪਾਠ ਕਰਨ ਲੱਗ ਜਾਂਦੀ ਹੈ ਮੇਰੀ ਭੂਆ ਦਿੱਤੀ। ਕਸੀਦਾ ਕੱਢਦੀ ਰੁਮਾਲ ਕੱਢਦੀ ਕੁੜੀ ਤੋਪਿਆਂ 'ਚ ਭਰਦੀ ਨਿੱਕੀਆਂ ਨਿੱਕੀਆਂ ਯਾਦਾਂ ਮੇਲ ਦੀਆਂ ਘੜੀਆਂ ਅੱਖਾਂ ਦੀ ਸ਼ਰਮਾਕਲ ਮਿਲਦੀ। ਕਸੀਦਾ ਕੱਢਦੀ ਆਸਾਂ ਉਮੀਦਾਂ ਫੁੱਲ ਪੱਤੀਆਂ 'ਚ ਭਰਾਉਂਦੀ ਮਨ 'ਚ ਗੁੜਕਦੇ ਪੰਛੀ ਰੁਮਾਲ ਅਤੇ ਕਬੂਤਰਾਂ ਦੀ ਜੋੜੀ ਬਣ ਜਾਂਦੇ ਚੁੰਝਾਂ ਮਿਲਦੇ ਖੁਸ਼ਬੋ ਖਿਲਰਦੀ ਕੁੜੀ ਦੇ ਸਾਹਾਂ 'ਚੋਂ। ਤਿੱਤਲੀਆਂ ਵਾਂਗ ਉਡਾਰੀ ਮਾਰਦੀ ਰੁਮਾਲ ਦੀਆਂ ਤਹਿਾਂ ਖੰਭ ਬਣ ਜਾਂਦੀਆਂ ਕਸੀਦਾ ਕੱਢਦੀ ਕੁੜੀ ਉੱਡੀ ਫਿਰਦੀ ਹਰ ਤੋਪੇ ਦੇ ਨਾਲ ਨਾਲ। ਸੁਮੀਤ ਨਿੱਕੀ ਮੇਰੀ ਧੀ ਸੁਮੀਤ ਸਾਗਰ ਕੰਢੇ ਭੱਜ ਭੱਜ ਚੁਗਦੀ ਰੰਗ ਬਿਰੰਗੇ ਪੱਥਰ ਗੀਟੇ ਟੁੱਟੀ ਜਾਂ ਸਾਬਤ ਕੋਈ ਸਿੱਪੀ ਧੋ ਧੋ ਸਾਫ ਕਰੇ ਤੇ ਸਾਂਭੇ ਚਾਈ ਚਾਈ ਬਹਿ ਕੰਢੇ ਤੇ ਗਿੱਲਾ ਰੇਤਾ ਪੈਰ ਤੇ ਥੱਪੇ ਘਰ ਬਣਾਏ ਸਿੱਪੀਆਂ ਗੀਟੇ ਜੋੜ ਜੋੜ ਕੇ ਵਗਲੇ ਚਾਰ ਦੀਵਾਰੀ ਝੂਠੀ ਮੂਠੀ ਕਰੇ ਰਸੋਈ ਸਿੱਪੀ ਦੇ ਵਿੱਚ ਭਰ ਕੇ ਪਾਣੀ ਚਾਹ ਬਣਾਈ ਕਿਉਂ ਪਾਪਾ ਜੀ ਕੈਸੀ ਚਾਹ ਹੈ ਤੇਰੇ ਵਰਗੀ ਬਹੁਤੀ ਵਧੀਆ ਤੇਰੇ ਵਰਗੀ ਮਿੱਠੀ ਪਾਪਾ ਤੋਂ ਸੁਣ ਖੁਸ਼ ਹੋ ਜਾਏ ਭੱਜ ਕੇ ਜਾ ਗਲਵੱਕੜੀ ਪਾਏ ਨਿੱਕੀ ਮੇਰੀ ਧੀ ਸੁਮੀਤ। ਪ੍ਰਾਹੁਣਿਆਂ ਵਾਂਗੂ ਬੇਟਾ ਆਉਂਦਾ ਮਾਂ ਬਾਪ ਦੇ ਘਰ ਪ੍ਰਾਹੁਣਿਆਂ ਵਾਂਗੂ ਜਿੱਥੇ ਉਸਦੇ ਖਿਡੌਣੇ ਕੱਪੜੇ ਕਿਤਾਬਾਂ ਸਾਂਭੀਆਂ ਹੋਈਆਂ ਹਨ ਮਾਂ ਨੇ ਉਹਨੂੰ ਵੀ ਘਰ ਵਿੱਚ ਸੁਣਦੀਆਂ ਹੋਣਗੀਆਂ ਪੁਰਾਣੀਆਂ ਆਵਾਜ਼ਾਂ ਪਰ ਕੁਝ ਨਹੀਂ ਕਹਿੰਦਾ। ਮਾਂ ਬਾਪ ਦਾ ਹਾਲ ਪੁੱਛਦਾ ਫਿਕਰ ਕਰਦਾ ਸਿਹਤ ਦਾ ਦੋ ਦਿਨ ਰਹਿ ਕੇ ਮੁੜ ਜਾਂਦਾ। ਸੁਣਾ ਦਿੰਦੀ ਹਾਂ ਵੈਸੇ ਸੰਜਮ ਕੁੱਕ ਸੰਜਮ ਨਾਲ ਸਿਖਾਉਂਦੀ ਹੈ ਨੂੰਹਾਂ ਨੂੰ ਖਾਣਾ ਪਕਾਉਣਾ ਸਾਂਭਣਾ ਅੱਗ ਬਾਲਣਾ ਮੰਜੇ ਹੇਠ ਲੁਕੋ ਲੈਂਦੀ ਹੈ ਬਾਲਣ ਬਹੁਤੀਆਂ ਲੱਕੜੀਆਂ ਦੇਖ ਚੁੱਲ੍ਹੇ 'ਚ ਤੁੰਨੀ ਜਾਣਗੀਆਂ ਬੁੜਬੁੜ ਕਰਦੀ
ਪਰੌਣੇ ਆਏ ਤੋਂ ਦਾਲ ਵਿੱਚ ਲੂਣ ਮਿਰਚ ਦੀ ਚੁੰਡੀ ਸੁੱਟ ਕੌਲੀ ਪਾਣੀ ਪਾ ਕੇ ਆਉਂਦੀ ਹੈ ਮਾਂ ਨਾਲੋਂ ਧੀ ਸਿਆਣੀ ਤਿੱਤੇ ਪੱਕੇ ਭਾਵੇਂ ਪਾਣੀ ਸਾਫ਼ ਬੈਠਕ ਵਿੱਚ ਮੈਲੇ ਕੱਪੜੇ ਸੁੱਟ ਕੋ ਵੱਡੀਆਂ ਆਈਆਂ ਸਫਾਈ ਵਾਲੀਆਂ ਸਾਬਣ ਘਸਾਈ ਜਾਣਗੀਆਂ ਵੱਡੀਆਂ ਆਈਆਂ ਸਫਾਈ ਵਾਲੀਆਂ ਸਾਬਣ ਘਸਾਈ ਜਾਣਗੀਆਂ ਸੰਜਮਨੀ ਭੋਰਾ ਘਰੇ ਆਈ ਭਾਜੀ ਲੱਡੂ ਜਲੇਬੀ ਘਰੇ ਆਈ ਭਾਜੀ ਵੀ ਸਾਂਭਦੀ ਹੈ ਚੰਗੀ ਚੰਗੀ ਖਾ ਭੋਰਾ 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 ਨੂੰ ਵੰਡ ਬਾਕੀ ਘੜੇ ਵਿੱਚ ਪਾ ਢੱਕ ਦਿੰਦੀ ਹੈ ਲੱਡੂ ਚੱਬੇ ਨਹੀਂ ਜਾਂਦੇ ਤਾਂ ਹੋਰਾਂ ਨੂੰ ਵੰਡਦੇ ਆ ਪੁੱਤ ਕਹਿੰਦੇ ਹਾਂ ਲਿਆਓ ਜਵਾਕ ਕੋ ਇੱਟ ਲੱਡੂ ਭੰਨੀ ਪੁੱਤ ਕਹਿੰਦੇ ਹਾਂ ਲਿਆਓ ਜਵਾਕ ਕੋ ਇੱਟ ਲੱਡੂ ਭੰਨੀ ਹੈ ਕੁੱਕ ਹੱਸ ਜੀ ਕਹਿੰਦੀ ਹੈ ਨਾ ਸਾਬਾ ਉਹਨੂੰ ਸਭ ਤੁਹਾਡੇ ਬੱਬਰ ਚ ਹੋਣ ਸੰਜਮ ਨਾਲ ਚੀਜ਼ ਵਰਤਦੀ ਹੈ ਸੰਜਮ ਨਾਲ